ਜਿਹੜਾ ਇਹ ਈਵੀਐਮ ਮਸ਼ੀਨ ਦਾ ਜਿਹੜਾ ਕੀ ਤਰੀਕਾ ਹੈਗਾ, ਕਿਸ ਤਰ੍ਹਾਂ ਵੋਟ ਪਾਉਂਦੇ ਹੈਗੇ ਆ, ਕਿਉਂਕਿ ਲਗਾਤਾਰ ਇਲੈਕਟ੍ਰੋਨਿਕ ਸਿਸਟਮ ਹੈ, ਚੇਂਜ ਹੁੰਦਾ ਰਹਿੰਦਾ। ਮਾਣਯੋਗ SDO ਸਾਹਿਬ ਨੇ ਮੇਰੀ ਇੱਥੇ ਡਿਊਟੀ ਵੋਟਰਾਂ ਨੂੰ EVM ਦੀ ਜਾਣਕਾਰੀ ਦੇਣ ਵਾਸਤੇ ਲਾਈ ਗਈ ਹੈ। ਤੋ ਅਸੀਂ ਪਹਿਲਾਂ ਵੋਟ ਜਾਰੀ ਕਰਾਂਗੇ, ਵੋਟ ਜਾਰੀ ਕਰਨ ਤੋਂ ਬਾਅਦ ਇੱਥੇ ਲਾਲ ਨਿਸ਼ਾਨ ਆਜੂਗਾ ਅਤੇ ਉੱਥੇ ਜਿਹਨੂੰ ਵੋਟ ਪਾਊਗਾ ਉਹ ਇਹ ਡੰਮੀ ਬੈਲਟ ਯੂਨਿਟ ਆ, ਡੰਮੀ ਉੱਥੋਂ ਦੇਖੋ ਪਰਚੀ ਨਿਕਲਦੀ ਆ, ਉਹ ਸਹੀ ਹੈ ਜੀ ਬਿਲਕੁਲ। ਕੈਮਰੇ 'ਚ ਤੁਸੀਂ ਦੇਖ ਰਹੇ ਹੋ ਹੁਣ ਫਿਲਹਾਲ ਜੋ ਦਿਖਾਇਆ ਜਾ ਰਿਹਾ ਵੀ ਉਹਦੇ ਮੁਤਾਬਕ, ਸੀਰੀਅਲ ਮੁਤਾਬਕ ਉਹ ਨਾਲ ਇਹ ਮੈਚ ਕਰਦਾ ਪਿਆ। ਜਗਸਰ ਦੇਖ ਰਹੇ ਸਾਰੇ ਦੋਸਤੋ ਮਿੱਤਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਹਾਨੂੰ ਪਤਾ ਹੈ ਵੀ ਦੇਸ਼ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ ਆਮ ਚੋਣਾਂ ਆਉਣ ਦੇ ਵਿੱਚ ਸਮਾਂ ਕੋਈ ਜ਼ਿਆਦਾ ਨਹੀਂ ਗਾ, ਜਿੱਥੇ ਲੋਕ ਸਭਾ ਚੋਣਾਂ ਵੀ ਆਉਣੀਆਂ ਅਤੇ ਨਾਲ ਨਾਲ ਹੋਰ ਜਿਹੜੀਆਂ ਚੋਣਾਂ ਜਾਂ ਕੋਈ ਪੰਚਾਇਤੀ ਚੋਣਾਂ ਜਾਂ ਨਗਰ ਕੌਂਸਲ ਦੀਆਂ ਚੋਣਾਂ, ਬਲਾਕ ਸੰਮਤੀ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਵੀ ਆਉਣੀਆਂ, ਉਹਨਾਂ ਚੋਣਾਂ ਦੀ ਜਿਹੜੀ ਜੋ ਚੋਣ ਹੁੰਦੀ ਆ ਉਹ EVM ਦੇ ਥਰੂ ਹੀ ਹੁੰਦੀ ਆ। ਪਰ ਸਰਕਾਰ ਵੱਲੋਂ ਇੱਕ ਨਵੇਕਲਾ ਪ੍ਰਬੰਧ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਕਿ ਲੋਕਾਂ ਨੂੰ EVM ਦੀ ਵਰਤੋਂ ਕਿਵੇਂ ਕਰਨੀ, ਕਿਵੇਂ ਵੋਟ ਪਾਉਣੀ ਹੈ, ਉਹਦਾ ਸਮਝਾਉਣ ਲਈ ਅਗਾਊਂ ਪ੍ਰਬੰਧ ਪਹਿਲਾਂ ਹੀ ਕਰ ਦਿੱਤੇ ਗਏ ਆ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਇਸ ਟਾਈਮ ਤੁਹਾਡੇ ਸਾਹਮਣੇ EVM ਮਸ਼ੀਨ ਪਈ ਹੈਗੀ ਆ, ਅਤੇ ਇਹਦੇ ਬਾਰੇ ਜਿਹੜੇ ਇੱਥੋਂ ਦੇ ਅਧਿਕਾਰੀ ਜਿਹੜੇ ਇਹਨਾਂ ਨੂੰ ਅਪਡੇਟ ਕਰਨ ਵਾਸਤੇ ਲੋਕਾਂ ਨੂੰ ਦੱਸਣਾ, ਜਿਹਨਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਸਵੀਰਾਂ ਵੇਖ ਲਓ, ਤੁਹਾਡੇ ਸਾਹਮਣੇ ਜਿਹੜੇ ਇਸ ਟਾਈਮ ਕਰਮਚਾਰੀ ਅਧਿਕਾਰੀ ਖੜ੍ਹੇ ਹੈਗੇ ਆ, ਐਡਵੋਕੇਟ ਪ੍ਰਗਟ ਸਿੰਘ ਖੜ੍ਹੇ ਆ, ਅਤੇ ਇਹਨਾਂ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਇਹਨਾਂ ਕੋਲੋਂ ਵੀ ਜਿਹੜਾ ਇਹ EVM ਮਸ਼ੀਨ ਦਾ ਜਿਹੜਾ ਕੀ ਤਰੀਕਾ ਹੈਗਾ, ਕਿਸ ਤਰ੍ਹਾਂ ਵੋਟ ਪਾਉਂਦੇ ਹੈਗੇ ਆ, ਕਿਉਂਕਿ ਲਗਾਤਾਰ ਇਲੈਕਟ੍ਰੋਨਿਕ ਸਿਸਟਮ ਹੈ, ਚੇਂਜ ਹੁੰਦਾ ਰਹਿੰਦਾ। ਮੈਂ ਉਹਨਾਂ ਨਾਲ ਗੱਲਬਾਤ ਕਰੂੰਗਾ। ਹਾਂਜੀ, ਤੁਹਾਡਾ ਕੀ ਨਾਂ ਤੁਹਾਡਾ ਜੀ? ਮੇਰਾ ਜੀ ਰਜੇਸ਼ ਕੁਮਾਰ ਆ, ਮੈਂ ਸੀਨੀਅਰ ਲੈਕਚਰਾਰ ਸਰਕਾਰੀ ਬਹੁ ਤਕਨੀਕੀ ਕਾਲਜ ਗੁਰੂ ਤੇਗ ਬਹਾਦਰ 'ਚ ਲੱਗਿਆ ਹੋਇਆ। ਮਾਣਯੋਗ SDO ਸਾਹਿਬ ਨੇ ਮੇਰੀ ਇੱਥੇ ਡਿਊਟੀ ਵੋਟਰਾਂ ਨੂੰ EVM ਦੀ ਜਾਣਕਾਰੀ ਦੇਣ ਵਾਸਤੇ ਲਾਈ ਗਈ ਆ। ਅਸੀਂ ਪਿਛਲੇ ਇੱਕ ਮਹੀਨੇ ਉੱਤੇ ਟ੍ਰੇਨਿੰਗ ਦੇ ਰਹੇ ਹਾਂ ਅਤੇ ਉਹਨਾਂ ਨੂੰ ਵੋਟ ਪਾ ਕੇ ਦਿਖਾਉਂਦੇ ਵੀ ਆਪਣੇ ਹੱਥੀਂ ਵੋਟ ਪਾਓ ਅਤੇ ਤੁਸੀਂ ਜਿਹਨੂੰ ਵੋਟ ਪਾਓਗੇ ਤੁਸੀਂ ਉੱਥੇ ਚੈੱਕ ਕਰੋ ਵੀ ਪਰਚੀ ਉਸੇ ਨਾਂ ਦੀ ਨਿਕਲਦੀ ਆ। ਇਹ ਹੁਣ ਤੱਕ ਕਿੰਨੇ ਕੁ ਲੋਕਾਂ ਨੂੰ ਟ੍ਰੇਨਿੰਗ ਦੇ ਚੁੱਕੇ ਤੁਸੀਂ? ਅਸੀਂ ਘੱਟੋ ਘੱਟ ਲਿਖੀ ਤਕਰੀਬਨ 500 ਤੋਂ ਉੱਤੇ ਹੋ ਗਏ ਹੁਣ, 500 ਪਲੱਸ ਹੈ ਜੀ। ਇਹ ਇੱਥੇ ਹੀ ਤੁਸੀਂ ਤਹਿਸੀਲ ਦੇ ਵਿੱਚ ਹੀ ਰਹਿ ਕੇ ਕਰ ਰਹੇ ਹਾਂ ਜਾਂ ਵੱਖ ਵੱਖ ਪਿੰਡਾਂ 'ਚ ਵੀ? ਫਿਲਹਾਲ ਤਹਿਸੀਲ 'ਚ ਆ ਜੀ ਜੋ ਆਰਡਰ ਹੋਏ ਆ। ਜੇ ਸਰਕਾਰ ਕਹੂਗੀ ਵੀ ਇਹਨਾਂ ਨੂੰ ਪਿੰਡਾਂ 'ਚ ਮੂਵ ਕਰੋ, ਲੈ ਕੇ ਜਾਓ, ਉਦੋਂ ਫਿਰ ਉਹ ਲੈ ਜਾਂਗੇ। ਹਾਲ ਦੀ ਘੜੀ ਇੱਥੇ ਕਿਆ ਸਰਕਾਰ ਦੇ ਉੱਪਰ? ਬਿਲਕੁਲ ਜੀ, ਇਹ EVM ਮਸ਼ੀਨ ਦਾ ਜਿਹੜਾ ਲੋਕਾਂ ਨੂੰ ਪਤਾ ਹੋਣਾ ਜ਼ਰੂਰੀ ਹੈ, ਕਿਉਂਕਿ ਕਈ ਵਾਰ ਜਦੋਂ ਵੋਟਾਂ ਲੋਕ ਪਾਉਣ ਜਾਂਦੇ ਉੱਥੇ ਉਲਝ ਵੀ ਜਾਂਦੇ ਹੈਗੇ ਆ। ਪਰ ਜਿਸ ਤਰੀਕੇ ਨਾਲ ਕਈ ਵਾਰ ਸਵਾਲ ਵੀ ਖੜ੍ਹੇ ਹੁੰਦੇ ਆ ਵੀ ਅਸੀਂ ਵੋਟ ਕਿਹਨੂੰ ਪਾਈਏ ਅਤੇ ਨਿਕਲੀ ਕਿਹਨੂੰ ਆ ਜਾਂ ਕਿਹਨੂੰ ਪੈ ਰਹੀ ਹੈ, ਕਿਉਂਕਿ ਇਹਦਾ ਰੌਲਾ ਤਾਂ ਹੈਗਾ, ਕੋਈ ਦੂਜੀ ਗੱਲ ਨਹੀਂ। ਪਰ ਫਿਰ ਵੀ ਸਰਕਾਰ ਨੇ ਅਗਾਊਂ ਪ੍ਰਬੰਧ ਕਰ ਦਿੱਤੇ ਆ ਵੀ ਲੋਕਾਂ ਨੂੰ ਸਮਝਾਇਆ ਹੋਵੇ ਕਿ ਹੁਣ ਤੁਸੀਂ ਵੋਟ ਪਵਾ ਕੇ ਦੱਸ ਸਕਦੇ ਆ ਵੀ ਕਿਸ ਤਰ੍ਹਾਂ ਸਾਰਾ ਕੁਛ? ਆਹ ਦੇਖੋ ਜੀ, ਆਹ ਹੈਗਾ ਬੈਲਟ ਯੂਨਿਟ, ਕੰਟਰੋਲ ਯੂਨਿਟ, ਆਹ ਹੈਗਾ ਬੈਲਟ ਯੂਨਿਟ, ਆਹ ਹੈਗਾ VVPAT। ਜਿਹੜੀ ਇੱਥੋਂ ਅਸੀਂ ਪਹਿਲਾਂ ਵੋਟ ਜਾਰੀ ਕਰਾਂਗੇ, ਵੋਟ ਜਾਰੀ ਕਰਨ ਤੋਂ ਬਾਅਦ ਇੱਥੇ ਲਾਲ ਨਿਸ਼ਾਨ ਆਜੂਗਾ ਅਤੇ ਉੱਥੇ ਜਿਹਨੂੰ ਵੋਟ ਪਾਊਗਾ ਉਹ ਇਹ ਡੰਮੀ ਬੈਲਟ ਯੂਨਿਟ ਆ, ਡੰਮੀ ਜੀ, ਟ੍ਰੇਨਿੰਗ ਵਾਸਤੇ ਇੱਥੇ। ਬਸ ਉਹ ਦੇਖ ਲਏ ਵੀ ਮੈਂ ਕਿਹੜੇ ਨੰਬਰ ਸੀਰੀਅਲ ਨੂੰ ਵੋਟ ਪਾਈ ਆ, ਇੱਥੋਂ ਬਟਨ ਨੱਪ ਕੇ ਉਹਦੇ ਨਾਂ ਦੀ ਪਰਚੀ ਉੱਥੋਂ ਨਿਕਲੂਗੀ। ਕੀ ਹੁਣ ਜੇ ਅਸੀਂ ਜਿਵੇਂ ਦੋ ਬੰਦੇ ਖੜ੍ਹੇ ਆ, ਕੋਈ ਵਕੀਲ ਸਾਹਿਬ ਖੜ੍ਹੇ ਆ, ਕਿ ਮੁੰਡਾ ਹੋਰ ਖੜ੍ਹਾ ਹੈ, ਵੀ ਇਹਨਾਂ ਦੋਨਾਂ ਬੰਦਿਆਂ ਦੀ ਵੋਟ ਪਾ ਕੇ ਤੁਸੀਂ ਦਿਖਾ ਸਕਦੇ ਆ? ਹਾਂ, ਮੈਂ ਬਟਨ ਨੱਪਦਾ ਜੀ, ਤੁਸੀਂ ਇੱਕੇ ਨਾਲ ਵੋਟ ਪਾਓ, ਆਹ ਲਓ ਜਿਹਨੂੰ ਪਾਉਣੀ ਉਹ ਸੀਰੀਅਲ ਨੰਬਰ ਚੈੱਕ ਕਰ ਲਿਓ, ਉੱਥੋਂ ਦੇਖੋ ਪਰਚੀ ਨਿਕਲਦੀ ਆ ਉਹ। ਸਹੀ ਹੈ ਜੀ।
ਬਿਲਕੁਲ ਕੈਮਰੇ 'ਚ ਤੁਸੀਂ ਦੇਖ ਰਹੇ ਹੋ ਹੁਣ ਫਿਲਹਾਲ ਜੋ ਦਿਖਾਇਆ ਜਾ ਰਿਹਾ ਵੀ ਉਹਦੇ ਮੁਤਾਬਕ ਸੀਰੀਅਲ ਮੁਤਾਬਕ ਉਹ ਨਾਲ ਇਹ ਮੈਚ ਕਰਦਾ ਪਿਆ। ਮੈਂ ਵਕੀਲ ਸਾਹਿਬ ਨੂੰ ਕਹਾਂ, ਵਕੀਲ ਸਾਹਿਬ ਤੁਸੀਂ ਵੀ ਦੇਖੋ ਇੱਕ ਵਾਰ, ਤੁਸੀਂ ਵੀ ਪਾਓ ਸੀਰੀਅਲ, ਮਤਲਬ ਚੈੱਕ ਕਰ ਲਓ। ਵਕੀਲ ਸਾਹਿਬ ਜਿਵੇਂ ਨਾ ਮਤਲਬ ਆਮ ਹੀ ਮਤਲਬ ਆਪਣੇ ਦੇਸ਼ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਸਵਾਲ ਤਾਂ ਉੱਠਦੇ ਆ ਇੱਕ ਦੂਜੀ ਗੱਲ ਨਹੀਂ, ਵੀ ਵੋਟਾਂ ਮਤਲਬ ਇਲੈਕਟ੍ਰੋਨਿਕ ਮਸ਼ੀਨਾਂ ਵੀ ਇਹ ਪ੍ਰੋਬਲਮ ਆ ਰਹੀ ਹੈ, ਵੀ ਜਿਵੇਂ ਹੁਣ ਇਹਨਾਂ ਨੇ ਤਾਂ ਦਿਖਾਤਾ, ਤੁਹਾਨੂੰ ਕੀ ਲੱਗਦਾ ਵੈਸੇ ਇਹਦੇ ਨਾਲ? ਜੀ ਬਰਾੜ ਸਾਹਿਬ, ਪਹਿਲਾਂ ਤਾਂ ਇਹ ਵੀ ਇਹਦੇ ਨਾਲ ਕਿਸੇ ਨੇ ਭੁਲੇਖਾ ਨਹੀਂ ਰਹਿਣਾ, ਜੇ ਅਸੀਂ ਕੈਂਡੀਡੇਟ ਨੂੰ ਆਪਾਂ ਵੋਟ ਪਾਈ ਆਪਾਂ ਨੂੰ ਉੱਧਰ ਸ਼ੋਅ ਹੋ ਜਾਣੀ ਵੀ ਜਿਸ ਜਿਹਨੂੰ ਆਪਾਂ ਵੋਟ ਪਾਈ ਉਹ ਸਹੀ ਪਈ ਹੈ। ਲੋਕਾਂ ਦਾ ਇਹ ਜਿਹੜਾ ਵਹਿਮ ਆਈ ਵੀ ਮਸ਼ੀਨਾਂ ਦਾ ਵਿੱਚ ਉਹ ਕੋਈ ਸਿਸਟਮ ਆ ਚੱਲ ਰਿਹਾ, ਇਹਦੇ ਨਾਲ ਉਹਨਾਂ ਦਾ ਜੋ ਭੁਲੇਖਾ ਉਹ ਦੂਰ ਹੋ ਜਾਊਗਾ। ਪਰ ਜਿਹੜੀਆਂ ਇਹ ਰਸੀਦਾਂ ਹੈ ਲੋਕਾਂ ਨੂੰ ਸਾਰਿਆਂ ਨੂੰ ਮਿਲਣਗੀਆਂ ਨਾਲ ਦੀ ਨਾਲ? ਨਹੀਂ ਜੀ, ਇਹ ਰਸੀਦਾਂ ਜੀ ਇਸੇ ਮਸ਼ੀਨ ਦੇ ਵਿੱਚ ਸੀਲ ਹੋਣਗੀਆਂ। ਕੱਲ੍ਹ ਨੂੰ ਕੋਈ ਕੰਟਰੋਵਰਸੀ ਕ੍ਰੀਏਟ ਹੁੰਦੀ ਹੈ ਵੀ ਬੰਦਾ ਕੋਈ ਓਬਜੈਕਸ਼ਨ ਪੋਲਿੰਗ ਤੋਂ ਬਾਅਦ ਰੇਜ਼ ਕਰਦਾ ਵੀ ਮੇਰੀ ਵੋਟ ਕਿੱਥੇ ਪਈ ਹੈ, ਸਹੀ ਨਹੀਂ ਪਈ, ਹਾਂ, ਤਾਂ ਉਹ ਫਿਰ ਇਹਨਾਂ ਦੀ ਇਹਨਾਂ ਨੂੰ ਬਾਹਰ ਕੱਢਿਆ ਜਾਊਗਾ ਅਤੇ ਇਹ ਮਸ਼ੀਨ ਦੇ ਰਿਜ਼ਲਟ ਨਾਲ ਕੰਪੇਅਰ ਕੀਤਾ ਜਾਊਗਾ ਵੀ ਉਹ ਕੈਂਡੀਡੇਟ ਨੂੰ ਹੁੰਦੀਆਂ ਪਈਆਂ ਅਤੇ ਉਹ ਪਰਚੀਆਂ ਉਸੇ ਦੀ ਆਉਂਦੀਆਂ ਹੀ ਆ। ਮਤਲਬ ਲੋੜ ਮੁਤਾਬਕ ਜੇਕਰ ਕੋਈ, ਹਾਂ, ਕ੍ਰੋਸ ਚੈਕਿੰਗ ਵਾਸਤੇ, ਕ੍ਰੋਸ ਚੈਕਿੰਗ ਹੈ, ਕ੍ਰੋਸ ਚੈੱਕ ਵਾਸਤੇ ਇਹ ਸਾਰੀ ਨਾਲ ਮਸ਼ੀਨ ਲਾ ਦਿੱਤੀ ਹੈਗੀ ਇਹਨਾਂ ਨੇ 6 ਮਹੀਨੇ ਵਾਸਤੇ, 6 ਮਹੀਨੇ ਤੱਕ ਇਹ ਵੀ ਸੰਭਾਲੀਆਂ ਜਾਂਦੀਆਂ ਅਤੇ ਰਿਕਾਰਡ ਵੀ ਸੰਭਾਲੇ ਜਾਂਦੇ, ਸਰਕਾਰ ਨੇ ਅਗਾਂਹ ਪ੍ਰਬੰਧ ਕਰਦੇ ਆ ਹੈ ਨਾ ਕਹਿ ਸਕਦੇ ਹਾਂ, ਅਤੇ ਰੌਲੇ ਤਾਂ ਜ਼ਰੂਰ ਪੈਂਦੇ ਹੈਗੇ ਆ। ਪਰ ਮੇਰਾ ਖਿਆਲ ਹੈ ਵੀ ਜਿਹੜੇ ਲੋਕ ਨਹੀਂ ਜਾਣਦੇ ਇਹਦੀਆਂ ਚੀਜ਼ਾਂ ਬਾਰੇ ਜਾਂ ਜਿਹਨਾਂ ਨੂੰ VVIA ਤੇ ਵੋਟ ਪਾਉਣੀ ਔਖੀ ਹੈ VVIA ਤੇ, ਉਹਨਾਂ ਨੂੰ ਸਿਖਾਉਣ ਲਈ ਵੀ ਇੱਕ ਜ਼ਰੀਆ ਚੰਗਾ ਹੈ ਨਾ। ਬਹੁਤ ਸੋਹਣਾ, ਬਹੁਤ ਵਧੀਆ ਉਪਰਾਲਾ ਕੀਤਾ ਬਰਾੜ ਸਾਹਿਬ ਸਰਕਾਰ ਨੇ, ਇਹਦੇ ਨਾਲ ਲੋਕਾਂ ਦਾ ਜੋ ਆਪਣਾ ਭਰਮ ਉਹ ਦੂਰ ਹੋ ਜਾਊਗਾ, ਬਾਕੀ ਰਿਕਾਰਡ ਉਹ ਮਸ਼ੀਨ ਦੇ ਵਿੱਚ ਰਹਿਣਾ, ਜਦੋਂ ਮਰਜ਼ੀ ਉਹਦਾ ਚੈੱਕ ਕਰ ਸਕਦੇ। ਬਿਲਕੁਲ, 2 ਬੰਦਿਆਂ ਨੇ ਸਾਡੇ ਸਾਹਮਣੇ ਵੋਟ ਪਾਈ ਹੈਗੀ ਆ। ਦੇਖੋ, ਅਸੀਂ ਇਹਦੀ ਕੋਈ ਗਰੰਟੀ ਨਹੀਂ ਦਿੰਦੇ, ਪਰ ਜੋ ਸਰਕਾਰ ਨੇ ਪ੍ਰਬੰਧ ਕੀਤੇ ਆ ਉਹ ਚੀਜ਼ ਤੁਹਾਨੂੰ ਅਸੀਂ ਦਿਖਾ ਦਿੱਤੀ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹੀ ਮਸ਼ੀਨਾਂ EVM ਹੀ ਵਰਤੀਆਂ ਜਾਣਗੀਆਂ ਜਾਂ ਕੋਈ ਹੋਰ ਟੈਕਨੋਲੋਜੀ ਤੋਂ ਅੱਗੇ ਆਊਗੀ, ਉਹ ਸਮੇਂ ਦੀ ਗੱਲ ਹੋਊਗੀ, ਅਤੇ ਕੋਈ ਹੋਰ ਗੱਲਬਾਤ ਕਹਿਣੀ ਚਾਹੁੰਦੇ ਹੋ ਤੁਸੀਂ ਜੀ? ਬਸ ਅਸੀਂ ਤਾਂ ਇਹ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਵੀ ਜੇ ਤੁਹਾਡੇ ਕੋਈ ਜਾਣ ਪਛਾਣ ਵਾਲਾ ਬੰਦਾ ਜੇ ਇਹਦੇ ਬਾਰੇ ਟ੍ਰੇਨਿੰਗ ਲੈਣਾ ਚਾਹੁੰਦਾ ਹੈ, ਸਿੱਖਣਾ ਚਾਹੁੰਦਾ ਹੈ, ਤਾਂ ਤੁਹਾਡੇ ਮੀਡੀਆ ਦਾ ਇੱਕ ਜ਼ਰੀਆ ਵਾ, ਉਹ ਇੱਥੇ ਆ ਸਕਦਾ ਸਾਡੇ ਕੋਲ, ਅਸੀਂ 9 ਤੋਂ 5 ਅਵੇਲੇਬਲ ਰਹਿੰਦੇ ਹਾਂ ਅਤੇ ਟ੍ਰੇਨਿੰਗ ਦੇਵਾਂਗੇ ਉਹਨੂੰ, ਉਹਦਾ ਤਸੱਲੀ ਕਰਾ ਕੇ ਭੇਜਾਂਗੇ। ਬਿਲਕੁਲ, ਮੈਂ ਲੀਡਰਾਂ ਨੂੰ ਇਹ ਗੱਲ ਕਹੂੰਗਾ, ਜਿੰਨੀਆਂ ਵੱਖ ਵੱਖ ਪਾਰਟੀਆਂ ਦੇ ਲੀਡਰ ਹੈਗੇ ਉਹਨਾਂ ਦੇ ਜਿਹੜੇ ਮੇਨ ਵਰਕਰ ਹੈਗੇ ਆ, ਕਿਉਂਕਿ ਜਦੋਂ ਪੋਲਿੰਗ ਬੂਥ ਲੱਗਦੇ ਆ ਅਤੇ ਅੰਦਰ ਪੋਲਿੰਗ ਏਜੰਟ ਜਾਂਦੇ ਹੈਗੇ ਆ, ਪੋਲਿੰਗ ਏਜੰਟਾਂ ਨੇ ਇਹ ਮਸ਼ੀਨਾਂ ਚੈੱਕ ਕਰਨੀਆਂ ਹੁੰਦੀਆਂ, ਉਹਨਾਂ ਨੇ ਦੱਸਣਾ ਹੁੰਦਾ ਵੀ ਮਸ਼ੀਨ ਸਹੀ ਕਿਹੜੀ ਹੈਗੀ ਆ, ਕੀ ਉਹ ਸਹੀ ਆਪਦੀ ਬੀਪ ਦੇ ਰਹੀ ਆ ਜਾਂ ਸਹੀ ਉਹ ਦਿਖਾ ਰਹੀ ਕੁਝ ਜਾਂ ਨਹੀਂ ਦਿਖਾ ਰਹੀ। ਵੱਖ ਵੱਖ ਪਾਰਟੀਆਂ ਦੇ ਜਿਹੜੇ ਲੀਡਰ ਆ ਉਹਨਾਂ ਦੇ, ਜਿਨ੍ਹਾਂ ਦੇ ਵੱਖ ਵੱਖ ਪਿੰਡਾਂ ਦੇ, ਭਾਵੇਂ ਉਹਨਾਂ ਦਾ ਇੱਕ ਇੱਕ ਪੋਲਿੰਗ ਏਜੰਟ, 2-2 ਪੋਲਿੰਗ ਏਜੰਟ ਆ ਜਿਹੜੇ, ਉਹ ਆ ਕੇ ਇੱਕ ਵਾਰ ਟ੍ਰੇਨਿੰਗ ਜ਼ਰੂਰ ਲੈ ਲਓ, ਪਤਾ ਹੋਵੇ ਤੁਹਾਨੂੰ ਵੀ ਜਿਹੜੇ ਸੀਰੀਅਲ ਨੰਬਰ ਦੇ ਮੁਤਾਬਕ ਤੁਸੀਂ ਵੋਟ ਪਾਈ ਆ ਕੀ ਉਹ ਸਹੀ ਹੈ, ਉਹਦੀ ਕੀ ਰਸੀਦ ਬਣ ਰਹੀ ਹੈ ਜਾਂ ਨਹੀਂ ਬਣ ਰਹੀ। ਇੱਕ ਵਾਰ ਜ਼ਰੂਰ ਤੁਸੀਂ ਆ ਕੇ, ਜਿੰਨੀਆਂ ਵੀ ਵੱਖ ਵੱਖ ਪਾਰਟੀਆਂ ਦੇ ਲੋਕ ਹੈਗੇ ਆ, ਇਹਨਾਂ ਨੂੰ ਮਿਲੋ ਅਤੇ ਇੱਥੇ ਆ ਕੇ ਆਪਦੀ ਟ੍ਰੇਨਿੰਗ ਲਓ। ਮੈਂ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਅਤੇ ਸਾਡਾ ਪੇਜ ਫੋਲੋ ਕਰੋਗੇ। ਕੈਮਰਾਮੈਨ ਛੱਪੀ ਸਿੰਘ ਦੇ ਨਾਲ ਮੈਂ ਤਰਲੋਚਨ ਸਿੰਘ ਬਰਾੜ, ਬਾਘਾ ਪੁਰਾਣਾ।